ਸਰੋ ਮਨ ਸੂਰ ਗੁਰ ਗੋਬਿੰਦ ਸਿੰਘ, ਨਾ ਸਰੋ ਮਨ ਸੂਰ ਗੁਰ ਗੋਬਿੰਦ ਸਿੰਘ, ਏਸ ਦੀ ਮਨ ਸੂਰ ਗੁਰ ਗੋਬਿੰਦ ਸਿੰਘ, ਏਸ ਦੀ ਮਨ ਸੂਰ ਗੁਰ ਗੋਬਿੰਦ ਸਿੰਘ, ਨਾ ਸਰੋ ਮਨ ਸੂਰ ਗੁਰ ਗੋਬਿੰਦ ਸਿੰਘ, ਨਾ ਸਰੋ ਮਨ ਸੂਰ ਗੁਰ ਗੋਬਿੰਦ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਮੇਰਾ ਨਾਮ ਜਗਪ੍ਰੀਤ ਸਿੰਘ ਹੈ ਅਤੇ ਅਸੀਂ ਪਿੰਡ ਹਰਸ਼ਾ ਸ਼ੀਨਾ ਵਿਜਲਾ ਕਿਲ੍ਹਾ ਤੋਂ ਆਏ ਹਾਂ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 9 ਤਰੀਕ ਤੋਂ ਲੈ ਕੇ 13 ਤਰੀਕ ਤੱਕ 5 ਦਿਨ ਲਗਾਤਾਰ ਲੋਹੜੀ ਦੇ ਤਿਉਹਾਰ 'ਤੇ ਲੰਗਰ ਚੱਲਦਾ ਹੈ ਅਤੇ ਇਸ ਵਾਰ ਸਾਨੂੰ 7ਵਾਂ ਸਾਲ ਹੋ ਗਿਆ ਸੇਵਾ ਕਰਦਿਆਂ ਨੂੰ। ਅਤੇ ਨਾਲ ਲੱਗਦੇ ਸਰ ਗੁਰਦੁਆਰੇ ਸਾਹਿਬ ਅੰਦਰ ਰੋਹ ਦੀ ਖੀਰ ਤਿਆਰ ਹੁੰਦੀ ਹੈ ਅਤੇ ਨਾਲ ਲੱਗਦੇ ਗੁਰਦੁਆਰੇ ਸ਼ਹੀਦਾਂ ਸਾਹਿਬ ਟਾਹਲਾ ਸਾਹਿਬ ਅਤੇ ਭਗਤ ਪੂਰਨ ਸਿੰਘ ਜੀ ਦਾ ਪਿੰਗਲਵਾੜਾ ਵਿਖੇ ਵੀ ਰੋਹ ਘੱਲੀ ਜਾਂਦੀ ਹੈ ਅਨਾਥ ਆਸ਼ਰਮ 'ਚ। ਅਤੇ ਇਸ ਸਾਲ ਹਰ ਸਾਲ ਦੀ ਤਰ੍ਹਾਂ NRI ਵੀਰਾਂ ਦੀ ਸਹਿਯੋਗ ਨਾਲ ਸਾਨੂੰ 7ਵਾਂ ਸਾਲ ਹੋ ਗਿਆ ਸੇਵਾ ਕਰਦਿਆਂ ਨੂੰ। ਅਤੇ ਵਾਹਿਗੁਰੂ ਇਸੇ ਤਰ੍ਹਾਂ ਜੇ ਮਿਹਰ ਭਰੇ ਹੱਥ ਰੱਖੇ ਤਾਂ ਅੱਗੇ ਵੀ ਅਸੀਂ ਸੇਵਾ ਕਰਦੇ ਰਹਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਇਹਦੇ ਵਿੱਚ 500 ਕੁਇੰਟਲ ਗੰਨਾ ਲੱਗ ਜਾਂਦਾ ਹੈ 5 ਦਿਨਾਂ ਦੇ ਵਿੱਚ, ਅਤੇ ਅਸੀਂ ਸਾਰਾ ਹੀ 500 ਕੁਇੰਟਲ ਸੇਵਾ ਕਰਕੇ ਮੁੱਲ ਲੈਂਦੇ ਹਾਂ। ਅਤੇ ਆਪਣੇ ਵੀਰ ਭਰਾ ਜਿਹੜੇ ਬਾਹਰ ਰਹਿੰਦੇ ਨੇ ਉਹ ਆਪਣੇ ਦਸਵੰਧ ਕੱਢ ਕੇ ਸਾਨੂੰ ਗ੍ਰਾਹੀ ਭੇਜਦੇ ਨੇ ਅਤੇ ਅਸੀਂ ਉਹਨਾਂ ਦੀ ਦਸਵੰਧ ਦੀ ਕਮਾਈ ਗੁਰੂ ਘਰ ਦੇ ਲੇਖੇ ਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੋਢੀ ਪਿਤਾ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਾਰ ਬਖਸ਼ਿਸ਼ ਸਦਕਾ ਇਹ ਹਰਸ਼ਾ ਸ਼ੀਨਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਿਵਾਸੀ NRI ਵੀਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਮਾਘੀ ਦੇ ਦਿਹਾੜੇ 'ਤੇ 9 ਤਰੀਕ ਤੋਂ ਲੱਗ ਕੇ 13 ਤਰੀਕ ਦੀ ਸ਼ਾਮ ਤੱਕ ਜੋ ਆਈਆਂ ਹੋਈਆਂ ਸੰਗਤਾਂ ਵਾਸਤੇ ਗੁਰੂ ਕੇ ਲੰਗਰ ਦੇ ਵਿੱਚ ਜੋ ਰੋਹ ਦੀ ਖੀਰ ਤਿਆਰ ਹੁੰਦੀ ਉਸ ਦੀ ਸੇਵਾ ਇਸ ਪਰਿਵਾਰ ਵੱਲੋਂ ਸੰਗਤਾਂ ਦੇ ਸੰਯੋਗ ਨਾਲ ਕੀਤੀ ਜਾਂਦੀ ਹੈ। ਨਾਲ ਨਾਲ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਜੀ ਵਿਖੇ, ਬਾਬਾ ਨੌਧ ਸਿੰਘ ਜੀ ਦੇ ਪਾਵਨ ਪਵਿੱਤਰ ਸਥਾਨਾਂ 'ਤੇ ਅਤੇ ਗੁਰਦੁਆਰਾ ਟਾਹਲਾ ਸਾਹਿਬ ਹੋਰ ਵੱਖ ਵੱਖ ਸਥਾਨਾਂ 'ਤੇ ਵੀ ਜੋ ਰੋਹ ਦੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਅਤੇ ਜਿੰਨੇ ਵੀ ਸ਼ਹਿਰ ਨਿਵਾਸੀ ਵੀਰ ਜਾਂ ਹੋਰ ਪਰਿਵਾਰ ਆ ਉਹ ਵੀ ਆਪਣੇ ਘਰਾਂ ਨੂੰ ਇੱਥੋਂ ਰੋਹ ਦਾ ਲੰਗਰ ਜਿਹੜਾ ਖੜ ਕੇ ਖੀਰ ਤਿਆਰ ਕਰਦੇ ਹਨ। ਆਈਆਂ ਹੋਈਆਂ ਸੰਗਤਾਂ ਵਾਸਤੇ ਇਹ ਸੰਗਤਾਂ ਵੱਲੋਂ ਬੜੇ ਹਰ ਤਰ੍ਹਾਂ ਦੀ ਸਾਲ ਦੀ ਤਰ੍ਹਾਂ ਜਿਹੜਾ ਐਰਕੇ ਵੀ ਉਪਰਾਲਾ ਕੀਤਾ ਗਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਵੀ ਇਸ ਸੰਗਤਾਂ ਵੱਲੋਂ ਰੋਹ ਦਾ ਲੰਗਰ ਜੋ ਖੀਰ ਤਿਆਰ ਕਰਵਾ ਕੇ ਗੁਰੂ ਕੇ ਲੰਗਰਾਂ ਵਿੱਚ ਵਰਤਾਈ ਗਈ ਸੀ ਅਤੇ ਇਸ ਵਾਰਾਂ ਵੀ ਹਰ ਸਾਲ ਦੀ ਤਰ੍ਹਾਂ ਜੋ 500 ਕੁਇੰਟਲ ਗੰਨੇ ਦੀ ਸੇਵਾ ਇਸ ਵੀਰਾਂ ਵੱਲੋਂ ਕੀਤੀ ਜਾਂਦੀ ਹੈ। ਸਤਿਗੁਰੂ ਰਹਿਮਤ ਕਰਨ ਇਹਨਾਂ ਗੁਰਮੁਖ ਪਿਆਰਿਆਂ ਅਤੇ ਵੀਰਾਂ ਅਤੇ ਸਮੂਹ ਸੰਗਤਾਂ ਦੇ ਸਿਰ 'ਤੇ ਮਿਹਰ ਅਤੇ ਬਖਸ਼ਿਸ਼ ਭਰਿਆ ਹੱਥ ਰੱਖਣ। ਜੋ ਸੇਵਾਵਾਂ ਪਰਿਵਾਰ ਦੀ ਝੋਲੀ ਵਿੱਚ ਪਾਈਆਂ, ਸੰਗਤਾਂ ਦੀ ਝੋਲੀ ਵਿੱਚ ਪਾਈਆਂ, ਸਤਿਗੁਰੂ ਜੀ ਆਪਣੀ ਸੇਵਾ ਆਪ ਕਰਵਾਉਂਦੇ ਰਹਿਣ। ਸਮੂਹ ਸੰਗਤਾਂ ਵੱਲੋਂ ਆਈਆਂ ਹੋਈਆਂ ਜਿੰਨੀਆਂ ਵੀ ਗੁਰੂ ਕੀਆਂ ਲਾਡਲੀਆਂ ਫੌਜਾਂ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਪ੍ਰਧਾਨ ਸਾਹਿਬ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਆਣ ਕੇ ਆਪਣੇ
ਦਿੱਤੀਆਂ ਹੋਈਆਂ ਦਾਤਾਂ ਦੇ ਵਿੱਚੋਂ ਦਸਵੰਧ ਦੀ ਸੇਵਾ ਕੱਢਦੇ ਹਨ। ਹੋਈਆਂ ਭੁੱਲਾਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਤਿੰਦਰਪਾਲ ਸਿੰਘ, ਮੀਤ ਮੈਨੇਜਰ, ਲੰਗਰ ਸ਼੍ਰੀ ਗੁਰੂ ਰਾਮਦਾਸ, ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ। ਹਰ ਸਾਲ ਦੀ ਤਰ੍ਹਾਂ ਲੋਹੜੀ ਨੂੰ ਸਮਰਪਿਤ ਸ਼ੀਨਾ ਪਿੰਡ ਦੀ ਸੰਗਤ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੀ ਦਰਬਾਰ ਸਾਹਿਬ ਦੇ ਵਿਸ਼ੇਸ਼ ਸਹਿਯੋਗ ਨਾਲ ਲੰਗਰ ਸ਼੍ਰੀ ਗੁਰੂ ਰਾਮਦਾਸ ਦੇ ਬਾਹਰ ਜੋ ਗੰਨੇ ਦੇ ਰੋਹ ਦੀ ਲੰਗਰ ਲਗਾਇਆ ਜਾਂਦਾ ਹੈ, ਇਸ ਵਾਰ ਵੀ ਸ਼ੀਨਾ ਦੀ ਸੰਗਤਾਂ ਵੱਲੋਂ ਦਰਬਾਰ ਸਾਹਿਬ ਦੇ ਵਿਸ਼ੇਸ਼ ਸਹਿਯੋਗ ਨਾਲ ਲੰਗਰ ਸ਼੍ਰੀ ਗੁਰੂ ਰਾਮਦਾਸ ਦੇ ਬਾਹਰ 9 ਤਰੀਕ ਤੋਂ ਰੋਹ ਦਾ ਲੰਗਰ ਲਗਾ ਕੇ ਸੰਗਤਾਂ ਨੂੰ ਅਟੁੱਟ ਵਰਤਾਇਆ ਜਾ ਰਿਹਾ। ਜਿੱਥੇ ਲੰਗਰ ਦਾ ਰੋਹ ਚੱਲ ਰਿਹਾ ਉੱਥੇ ਸੰਗਤਾਂ ਵੀ ਬੜੇ ਪਿਆਰ ਅਤੇ ਉਤਸ਼ਾਹ ਨਾਲ ਪਹੁੰਚ ਕੇ ਰੋਹ ਦਾ ਲੰਗਰ ਛਕ ਕੇ ਖੁਸ਼ੀਆਂ ਮਹਿਸੂਸ ਕਰ ਰਹੀਆਂ ਨੇ। ਇਹ ਜੋ ਰੋਹ ਦਾ ਲੰਗਰ ਹੈ ਲੋਹੜੀ ਵਾਲੇ ਦਿਨ ਸ਼ਾਮ 13 ਤਰੀਕ ਦੀ ਸ਼ਾਮ ਤੱਕ ਇਹ ਰੋਹ ਦਾ ਲੰਗਰ ਨਿਰੰਤਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਿਆ ਕਰੇਗਾ। ਜਿੱਥੇ ਇਹ ਸੰਗਤਾਂ ਰੋਹ ਦਾ ਲੰਗਰ ਛਕ ਰਹੀਆਂ ਉੱਥੋਂ ਲੱਖਾਂ ਦੀ ਤਾਦਾਦ ਵਿੱਚ ਰੋਜ਼ਾਨਾ ਸੰਗਤਾਂ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਲਈ ਆ ਰਹੀਆਂ ਹਨ। ਉੱਥੇ ਉਹਨਾਂ ਸੰਗਤਾਂ ਵਾਸਤੇ ਜਿੱਥੇ ਲੰਗਰ ਵਿੱਚ ਵਿਸ਼ੇਸ਼ ਪ੍ਰਬੰਧ ਲੰਗਰ ਦੇ ਕੀਤੇ ਜਾਂਦੇ ਹਨ, ਉਹ ਲੋਹੜੀ ਦੇ ਨੂੰ ਸਮਰਪਿਤ ਜੋ ਰੋਹ ਦਾ ਲੰਗਰ ਲੱਗਾ ਇਸੇ ਰੋਹ ਦੀ ਖੀਰ ਲੰਗਰ ਹਾਲ ਵਿਖੇ ਅਟੁੱਟ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਿਆਰ ਕਰਕੇ ਵਰਤਾਈ ਜਾ ਰਹੀ ਹੈ। ਮੈਂ ਸਮਝਦਾ ਕਿ ਇਹ ਸ਼ੀਨਾ ਪਿੰਡ ਦੀਆਂ ਸੰਗਤਾਂ ਦਾ ਬੜਾ ਵੱਡਾ ਉਪਰਾਲਾ ਜੋ ਪਿਛਲੇ ਲਗਭਗ 7 ਸਾਲ ਤੋਂ ਲਗਾਤਾਰ ਇਸ ਥਾਂ 'ਤੇ ਆ ਕੇ ਰੋਹ ਦਾ ਲੰਗਰ ਲਗਾ ਕੇ ਸੰਗਤਾਂ ਨੂੰ ਛਕਾ ਰਹੀ ਹਨ। ਕਿਉਂਕਿ ਅੱਜ ਪੁਰਾਤਨ ਰਿਵਾਇਤ ਅਨੁਸਾਰ ਗੰਨਾ ਜੋ ਬਹੁਤ ਮੁਸ਼ਕਲ ਨਾਲ ਸੰਗਤਾਂ ਤੱਕ ਪਹੁੰਚ ਕਰ ਰਿਹਾ, ਰੋਹ ਲੋਕਾਂ ਨੂੰ ਨਹੀਂ ਮਿਲ ਰਹੀ, ਇਹਨਾਂ ਦਾ ਵੱਡਾ ਉਪਰਾਲਾ ਹੈ ਕਿ ਇਹ ਰੋਹ ਦਾ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਰੋਹ ਛਕਾ ਰਹੀ ਹੈ। ਭਾਵੇਂ ਮੈਂ ਸਮਝਦਾ ਕਿ ਜੇ ਕੋਈ ਘਰਾਂ ਵਾਸਤੇ ਮੰਗਦਾ ਤਾਂ ਉਹਨਾਂ ਨੂੰ ਵੀ ਇਹ ਰੋਹ ਦਾ ਲੰਗਰ ਤਿਆਰ ਕਰਕੇ ਘਰਾਂ ਵਾਸਤੇ ਵੀ ਦੇ ਰਹੇ ਹਨ, ਬੜਾ ਵੱਡਾ ਉਪਰਾਲਾ ਹੈ। ਮੈਂ ਵਿਸ਼ੇਸ਼ ਤੌਰ 'ਤੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਵੱਲੋਂ ਇਹ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਵੱਡਾ ਉਪਰਾਲਾ ਕਰਕੇ ਸੰਗਤਾਂ ਵਾਸਤੇ ਰੋਹ ਦਾ ਲੰਗਰ ਇੱਥੇ ਲਗਾਇਆ। ਮੈਂ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਿਨ੍ਹਾਂ ਵੀ ਲੋ ਰੋਹ ਦਾ ਲੰਗਰ ਛਕਣਾ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਲੰਗਰ ਸ਼੍ਰੀ ਗੁਰੂ ਰਾਮਦਾਸ ਵਿਖੇ ਬਾਹਰ ਪਹੁੰਚ ਕੇ ਰੋਹ ਦਾ ਲੰਗਰ ਛਕ ਸਕਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।